ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਤਾ ਨਹੀਂ ਸੀ ਕਿ ਵੀ ਬੱਲੀ ਸਾਹਿਬ ਨੇ ਮੈਨੂੰ ਬੋਲਣ ਦਾ ਟਾਈਮ ਦੇਣਾ, ਅਤੇ ਮੈਂ ਤਾਂ ਮਾਣ ਸਮਝਦਾ ਕਿ ਵੀ ਮੈਨੂੰ ਅੱਜ ਇੱਥੇ ਬੋਲਣ ਦਾ ਮੌਕਾ ਮਿਲਿਆ ਹੈ। ਮੇਰਾ ਬਹੁਤ ਚਿਰ ਤੋਂ ਜੀ ਸੀ ਵੀ ਮੈਂ ਪਾਕਿਸਤਾਨ ਆਵਾਂ, ਪਰ ਮੇਰੀ ਜਿਹੜੀ ਰੱਬ ਨੇ ਅੱਲਾਹ ਨੇ ਮੇਰੀ ਜਿਹੜੀ ਮੁਰਾਦ ਹੈ ਉਹ ਕਿਹੜੇ ਤਰੀਕੇ ਨਾਲ ਪੂਰੀ ਕੀਤੀ ਹੈ ਮੈਂ ਨਹੀਂ ਜਾਣਦਾ। ਭਾਈ ਸਰਬਜੀਤ ਸਿੰਘ ਜੀ ਜਿਹੜੇ ਸਾਨੂੰ ਔਰਗਨਾਈਜ਼ ਕਰਕੇ ਲੈ ਕੇ ਆਏ ਉੱਥੋਂ, ਇਹਨਾਂ ਨਾਲ ਮੇਰੀ ਪਹਿਲਾਂ ਵੀ ਗੱਲਬਾਤ ਹੁੰਦੀ ਰਹਿੰਦੀ ਸੀ, ਅਤੇ ਉਹ ਮੌਕਾ ਰੱਬ ਨੇ ਬਣਾ ਦਿੱਤਾ ਅਤੇ ਤੁਹਾਡੇ ਦਰਸ਼ਨ ਦਾ ਕਰਨ ਦਾ ਮੈਨੂੰ ਮੌਕਾ ਮਿਲਿਆ। ਅਤੇ ਮਲਿਕ ਸਾਹਿਬ ਦੀਆਂ ਅਸੀਂ ਪਹਿਲਾਂ ਵੀ ਗੱਲਾਂ ਬਾਤਾਂ ਕਰਦੇ ਰਹੇ ਹਾਂ। ਸਾਡੇ ਜਸਪ੍ਰੀਤ ਸਿੰਘ ਜੀ, ਭਾਈ ਰੂਮੀ ਬਾਈ ਜੀ, ਭਾਈ ਜੀਤ ਸਿੰਘ ਜੀ ਨੇ ਵੀ ਇਹ ਸਲਾਹ ਬਣਾਈ ਵੀ ਅਸੀਂ ਆਪਾਂ ਉਹਨਾਂ ਇਸ ਵਾਰੀ ਜਾਵਾਂਗੇ ਅਤੇ ਉਹਨਾਂ ਨੂੰ ਮਿਲਾਂਗੇ। ਦਾਸ ਜੋ ਤੁਸੀਂ ਇਹ ਪ੍ਰੋਗਰਾਮ ਕਰ ਰਹੇ ਹੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ, 550 ਸਾਲ ਦਿਹਾੜੇ ਦੇ ਉੱਪਰ ਕਰ ਰਹੇ ਹੋ, ਅਸੀਂ ਸਿੱਖ ਕੌਮ ਇਸ ਦੇ ਲਈ ਬਹੁਤ ਆਭਾਰੀ ਹੈ, ਤੁਹਾਡੇ ਬਹੁਤ ਹੀ ਧੰਨਵਾਦੀ ਹਾਂ। ਮੈਂ ਇੱਥੇ ਦੀ ਆਵਾਮ ਅਤੇ ਇਮਰਾਨ ਖਾਨ ਸਾਹਿਬ ਜਿਨ੍ਹਾਂ ਨੇ ਇਸ ਲਾਂਘੇ ਦੇ ਲਈ ਖੋਲ੍ਹਣ ਦੇ ਲਈ ਲਾਂਘਾ ਖੋਲ੍ਹਣ ਦੇ ਲਈ ਬਹੁਤ ਉਪਰਾਲਾ ਕੀਤਾ ਹੈ ਅਤੇ ਇਸ ਨੂੰ ਕਾਮਯਾਬ ਕੀਤਾ ਹੈ, ਉਹ ਸਰ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ। ਦਾਸ ਇਸ ਨੂੰ ਧਾਰਮਿਕ ਤੌਰ 'ਤੇ ਤਾਂ ਠੀਕ ਹੈ, ਮੈਂ ਇਸ ਨੂੰ ਸਮਝਦਾ ਹਾਂ, ਪਰ ਇਹ ਮੈਂ ਇੱਥੇ ਤੱਕ ਇਸ ਨੂੰ ਨਹੀਂ ਲੈਂਦਾ ਕਿ ਵੀ ਇਹ ਇੱਕ ਧਾਰਮਿਕ ਮਸਲਾ ਸੀ ਅਤੇ ਸਾਡੇ ਪਵਿੱਤਰ ਅਸਥਾਨ ਜੋ ਇੱਥੇ ਸਿੱਖ ਕੌਮ ਤੋਂ ਜੋ ਅਸੀਂ ਅਰਦਾਸ ਕਰਦੇ ਹਾਂ ਹਰ ਵੇਲੇ ਕਿ ਵੀ ਸਾਨੂੰ ਸਾਡੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਗ ਬਖਸ਼ੇ ਜਾਣ ਅਕਾਲ ਪੁਰਖ ਅੱਗੇ, ਅਤੇ ਉਹ ਸਾਨੂੰ ਅੱਜ ਸਾਡੇ ਸਫਲੇ ਹੋਏ ਨੇ ਅਤੇ ਅਸੀਂ ਸਾਨੂੰ ਉਮੀਦ ਅਸੀਂ ਉਮੀਦ ਕਰਦੇ ਹਾਂ ਕਿ ਵੀ ਸਾਡਾ ਅੱਗੇ ਵੀ ਇਸੇ ਤਰ੍ਹਾਂ ਹੀ ਸਾਡਾ ਸਹਿਜਾਰ ਬਣਿਆ ਰਹੇ। ਅਤੇ ਜੋ ਮੈਂ ਗੱਲ ਕਰ ਰਿਹਾ ਸੀ ਕਿ ਵੀ ਮੈਂ ਇਸ ਨੂੰ ਇਸ ਨਜ਼ਰੀਏ ਤੱਕ ਹੀ ਨਹੀਂ ਦੇਖਦਾ ਕਿ ਵੀ ਇਹ ਸਾਡਾ ਧਾਰਮਿਕ ਸਥਾਨ ਹੈ ਤਾਂ ਸਾਡੇ ਲਈ ਖੋਲ੍ਹਿਆ ਗਿਆ ਹੈ। ਮੈਂ ਆਉਂਦੇ ਕੁਛ ਸਾਲਾਂ ਦੇ ਵਿੱਚ ਲਾਈਕ 10 ਈਅਰ 20 ਈਅਰ ਮੈਨੂੰ ਨਹੀਂ ਪਤਾ ਹੈ, ਮੈਂ ਇਸ ਨੂੰ ਕਿਸੇ ਹੋਰ ਨਜ਼ਰੀਏ ਨਾਲ ਵੀ ਦੇਖਦਾ ਹਾਂ ਕਿ ਵੀ ਸਾਡੀ ਕਿਸ ਤਰੀਕੇ ਨਾਲ ਉਹ ਸਾਂਝ ਬਣਨੀ ਹੈ ਅਤੇ ਸਾਡੇ ਕੀ ਇਸ ਦਾ ਕੀ ਰਿਜ਼ਲਟ ਨਿਕਲਣਾ ਹੈ, ਉਹ ਸ਼ਾਇਦ ਮੇਰੇ ਦਿਮਾਗ 'ਚ ਹੈ ਪਰ ਮੈਂ ਨਹੀਂ ਉਸਨੂੰ ਉਜਾਗਰ ਕਰਨਾ ਚਾਹੁੰਦਾ। ਪਰ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਮੈਂ ਬਿਆਨ ਨਹੀਂ ਕਰ ਸਕਦਾ ਕਿ ਵੀ ਮੁਸਲਮਾਨ ਵੀਰਾਂ ਨੇ ਇਸ ਧਰਤੀ ਦੇ ਉੱਪਰ ਆ ਕੇ ਸਾਨੂੰ ਕਿੰਨਾ ਪਿਆਰ ਕੀਤਾ ਹੈ। ਵੈਸੇ ਤਾਂ ਮੈਂ ਜਿਹੜੀ ਸਾਡੀ 1947 ਤੋਂ ਪਹਿਲਾਂ ਵੀ ਅਸੀਂ ਲੋਕ ਇਕੱਠੇ ਰਹਿੰਦੇ ਸੀਗੇ, ਜੋ ਸਾਡੀ ਮਾਂ ਸਾਨੂੰ ਦੱਸਦੀ ਹੈ ਜਾਂ ਸਾਡੇ ਬਾਪੂ ਜੀ ਸਾਨੂੰ ਦੱਸਦੇ ਹੁੰਦੇ ਸੀ, ਉਸ ਨੂੰ ਮੈਂ ਕਦੇ ਇੰਨਾ ਸੀਰੀਅਸ ਨਹੀਂ ਲਿਆ ਸੀ। ਮੈਂ ਆਪਣੇ ਮਿੱਤਰਾਂ ਨਾਲ ਹੁਣ ਵੀ ਕਈ ਵਾਰੀ ਗੱਲ ਕਰਦਾ ਹਾਂ ਕਿ ਵੀ ਜ਼ਿੰਦਗੀ ਸਾਰੀ ਨੂੰ ਆਪਦੀ, ਪਰ ਕਦੇ ਮੈਂ ਇਸ ਚੀਜ਼ ਦੀ ਖੋਜ ਨੇ ਮਤਲਬ ਇਮਤਿਹਾਨ ਨਾਲ ਨਹੀਂ ਸੋਚਿਆ ਵੀ ਮੈਂ ਕਦੇ ਬਾਪੂ ਜੀ ਨੂੰ ਪੁੱਛਾਂ ਕਿ ਵੀ ਆਪਾਂ ਕਿਵੇਂ ਇਕੱਠੇ ਰਹਿੰਦੇ ਸੀ, ਕਿਵੇਂ ਸਾਡੇ ਸੰਬੰਧ ਸੀ। ਪਰ ਇਹ ਆ ਵੀ ਆਸਟ੍ਰੇਲੀਆ ਆਉਣ ਦੇ ਨਾਲ ਭਾਰਤ ਦੀ ਪੰਜਾਬ ਦੀ ਧਰਤੀ ਤੋਂ ਆਸਟ੍ਰੇਲੀਆ ਆਇਆ ਜਦੋਂ ਮੈਂ, ਤਾਂ ਉਦੋਂ ਇੱਥੇ ਚੰਗੇ ਵੀਰਾਂ ਨਾਲ ਜਿਵੇਂ ਰੋਮੀ ਭਾਈ ਜੀ ਨੇ, ਭਾਈ ਅਜੀਤ ਸਿੰਘ ਜੀ ਨੇ ਜਾਂ ਤੇ ਹੋਰ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਸੱਜਣ ਮਿੱਤਰ ਨੇ, ਉਹਨਾਂ ਨਾਲ ਮਿਲ ਕੇ ਮੈਨੂੰ ਆਪਦੇ ਧਰਮ ਦਾ ਅਤੇ ਦੂਸਰੇ ਦੇ ਧਰਮਾਂ ਦਾ ਮੈਨੂੰ ਖੂਬ ਮਤਲਬ ਮੈਨੂੰ ਨੌਲੇਜ ਲੈਣ ਦੀ ਮੈਂ ਕੋਸ਼ਿਸ਼ ਕੀਤੀ ਅਤੇ ਜੋ ਸਾਡਾ ਪਹਿਲਾਂ ਅਸੀਂ ਜਿਵੇਂ ਰਹਿੰਦੇ ਸੀਗੇ ਉਸ ਦੇ ਬਾਰੇ ਮੈਨੂੰ ਆਪਦੇ ਧਿਆਨ 'ਚ ਲਿਆਉਣਾ ਮੈਂ ਸ਼ੁਰੂ ਕੀਤਾ। ਅਤੇ ਮੈਂ ਆਸ ਕਰਦਾ ਕਿ ਵੀ ਅੱਗੇ ਵਾਸਤੇ ਵੀ ਮੇਰਾ ਆਉਣ ਦਾ ਇੱਥੇ ਕੋਈ ਨਾ ਕੋਈ ਸਬੱਬ ਵਾਹਿਗੁਰੂ ਅੱਲਾ ਬਣਾਉਂਦਾ ਹੋਊਗਾ ਅਤੇ ਮੈਂ ਆਪਣੇ ਪਰਿਵਾਰ ਦੇ ਨਾਲ ਇੱਥੇ ਆ ਕੇ ਇਹ ਖੁਸ਼ੀਆਂ ਉਹਨਾਂ ਦੇ ਨਾਲ ਵੀ ਬਣ ਸਕਾਂ ਅਤੇ ਤੁਹਾਡੇ ਨਾਲ ਵੀ ਬਣ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।